ਤੁਸੀਂ ਮੈਂ ਹਾਂ ਵਿਕਰਮ ਸਿੰਘ ਸੁਖਜਿੰਦਰ ਸਿੰਘ ਲੋਪੋ ਇੱਕ ਸ਼ਖਸ ਦੀ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਔਰ ਸੁਖਜਿੰਦਰ ਸਿੰਘ ਲੋਪੋ ਜੇਲ੍ਹ ਚੋਂ ਬਾਹਰ ਆ ਗਿਆ ਹੈ ਜੀ ਹਾਂ ਸੁਖਜਿੰਦਰ ਸਿੰਘ ਲੋਪੋ ਦੀ ਰਿਹਾਈ ਹੋ ਗਈ ਹੈ ਸੁਖਜਿੰਦਰ ਲੋਪੋ ਦੇ ਚਾਹਣ ਵਾਲਿਆਂ ਦੇ ਲਈ ਇਹ ਰਾਹਤ ਦੀ ਖਬਰ ਹੈ ਦੱਸ ਦਿੰਦੇ ਬਹੁਤ ਸਾਰੇ ਲੋਕ ਸੁਖਜਿੰਦਰ ਲੋਪੋ ਨੂੰ ਜਾਣਦੇ ਨੇ ਸੁਖਜਿੰਦਰ ਸਿੰਘ ਲੋਪੋ ਉਹ ਸ਼ਖਸ ਹੈ ਜਿਸ ਨੇ ਘੋੜਿਆਂ ਦੇ ਬਾਰੇ ਪੰਜਾਬ ਦੇ ਕੱਲੇ ਘੋੜੇ ਔਰ ਘੋੜਿਆਂ ਦੀ ਮਾਰਕੀਟ ਦੇ ਵਿੱਚ ਵੱਡਾ ਨਾਂ ਘੋੜਿਆਂ ਨੂੰ ਐਕਸਪਲੋਰ ਕੀਤਾ ਸੁਖਜਿੰਦਰ ਸਿੰਘ ਲੋਪੋ ਨੇ ਔਰ ਪਿਛਲੇ ਦਿਨੀ ਘੋੜਿਆਂ ਵਾਲਿਆਂ ਨਾਲ ਵਿਵਾਦ ਹੋਇਆ ਜਿਸ ਤਰੀਕੇ ਨਾਲ ਔਰ ਉਸ ਸੁਖਜਿੰਦਰ ਲੋਪੋ ਤੋਂ ਮਾਫੀ ਮੰਗਵਾਈ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ ਵੀ ਘੋੜਿਆਂ ਵਾਲਿਆਂ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਪਰ ਵੀ ਤਾਂ ਅੱਜ ਰਿਹਾਈ ਮਗਰੋਂ ਸਮਰਥਕਾਂ ਦੇ ਨਾਲ ਪਿੰਡ ਪਹੁੰਚੇ ਨੇ ਸੁਖਜਿੰਦਰ ਲੋਪੋ ਔਰ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਲੋਪੋ ਹੋਣਾ ਦੇ ਫੈਨ ਹੈਗੇ ਆ ਬਹੁਤ ਸਾਰੇ ਲੋਕ ਸੁਖਜਿੰਦਰ ਲੋਪੋ ਨੂੰ ਸੁਣਦੇ ਨੇ ਸੁਖਜਿੰਦਰ ਲੋਪੋ ਦੇ ਵੀਡੀਓਜ਼ ਜਿਹੜੇ ਨੇ ਬਹੁਤ ਸਾਰੇ ਲੋਕ ਦੇਖਦੇ ਆ ਤਾਂ ਆਖਿਰਕਾਰ ਸੁਖਜਿੰਦਰ ਸਿੰਘ ਲੋਪੋ ਦੀ ਰਿਹਾਈ ਹੋ ਗਈ ਆ ਜੇਲ੍ਹ ਚੋਂ ਬਾਹਰ ਆ ਗਏ ਆ ਸੁਖਜਿੰਦਰ ਸਿੰਘ ਲੋਪੋ ਹੋ ਰਹੀ ਔਰ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਲੋਪੋ ਆਪਣੇ ਪਿੰਡ ਵੀ ਦੱਸਿਆ ਜਾ ਰਿਹਾ ਪਹੁੰਚ ਗਿਆ ਤਾਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਸੁਖਜਿੰਦਰ ਲੋਪੋ ਨੂੰ ਗ੍ਰਿਫਤਾਰ ਕੀਤਾ ਸੀ ਔਰ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਸੁਖਜਿੰਦਰ ਲੋਪੋ ਦਾ ਨਾਂ ਵੀ ਪਰਚੇ ਦੇ ਵਿੱਚੋਂ ਨਿਕਲ ਗਿਆ ਕੋਈ ਬੇਸ ਨਹੀਂ ਮਿਲਿਆ ਕੋਈ ਆਧਾਰ ਨਹੀਂ ਮਿਲਿਆ ਔਰ ਉਸ ਤੋਂ ਬਾਅਦ ਫਿਰ ਕੋਈ ਪ੍ਰੂਫ ਨਹੀਂ ਮਿਲਿਆ ਲੋਪੋ ਦੇ ਖਿਲਾਫ ਜਿਸ ਤੋਂ ਬਾਅਦ ਫਿਰ ਕੋਰਟ ਨੇ ਸੁਖਜਿੰਦਰ ਲੋਪੋ ਹੋਰਾਂ ਦਾ ਨਾਂ ਜਿਹੜਾ ਦੱਸਿਆ ਜਾ ਰਿਹਾ ਕਿ ਸੁਖਜਿੰਦਰ ਲੋਪੋ ਨੂੰ ਜ਼ਮਾਨਤ ਦੇ ਦਿੱਤੀ ਔਰ ਇਸ ਦੇ ਨਾਲ ਹੀ ਸੁਖਜਿੰਦਰ ਲੋਪੋ ਦਾ ਨਾਂ ਵੀ ਦੱਸਿਆ ਜਾ ਰਿਹਾ ਕਿ ਕੇਸ ਦੇ ਵਿੱਚੋਂ ਕੱਢ ਦਿੱਤਾ ਗਿਆ ਇਸ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਸੁਖਜਿੰਦਰ ਸਿੰਘ ਲੋਪੋ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦੇ ਉੱਪਰ ਨੇ ਔਰ ਉੱਥੇ ਹੀ ਸੁਖਜਿੰਦਰ ਸਿੰਘ ਲੋਪੋ ਦੇ ਜਾਣ ਤੋਂ ਬਾਅਦ ਜੇਲ੍ਹ ਜਾਣ ਤੋਂ ਬਾਅਦ ਸੁਖਜਿੰਦਰ ਸਿੰਘ ਲੋਪੋ ਦੀ ਹੋਰ ਚੜ੍ਹਾਈ ਹੋ ਜਾਂਦੀ ਹੈ ਹਾਲਾਂਕਿ ਸੁਖਜਿੰਦਰ ਸਿੰਘ ਲੋਪੋ ਬਹੁਤ ਚਰਚਿਤ ਨਾਂ ਨੇ ਔਰ ਸੁਖਜਿੰਦਰ ਸਿੰਘ ਲੋਪੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਘੋੜਿਆਂ ਦੀ ਮਾਰਕੀਟ ਨੂੰ ਐਕਸਪਲੋਰ ਕੀਤਾ ਪੰਜਾਬ ਦੇ ਕੱਲੇ ਘੋੜੇ ਦੇ ਬਾਰੇ ਜੇ ਕਹਿੰਦੇ ਕਿ ਕੋਈ ਜਾਣਕਾਰੀ ਹੈ ਤਾਂ ਸੁਖਜਿੰਦਰ ਲੋਪੋ ਤੋਂ ਤੁਸੀਂ ਪੁੱਛ ਸਕਦੇ ਹੋ ਜੇ ਕਿਸੇ ਨੇ ਘੋੜਾ ਖਰੀਦਣਾ ਵੇਚਣਾ ਤਾਂ ਹਾਲਾਂਕਿ ਅਸੀਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ ਲੋਪੋ ਹੋਰਾਂ ਦੀ ਪਰ ਇਹ ਗੱਲਾਂ ਉਹਨਾਂ ਦੇ ਬਾਰੇ ਕਹੀਆਂ ਜਾਂਦੀਆਂ ਨੇ ਤਾਂ ਸੁਖਜਿੰਦਰ ਸਿੰਘ ਲੋਪੋ ਦੀ ਰਿਹਾਈ ਹੋ ਗਈ ਹੈ ਸੁਖਜਿੰਦਰ ਲੋਪੋ ਹੋਰਾਂ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈ ਔਰ ਉੱਥੇ ਹੀ ਸੋਸ਼ਲ ਮੀਡੀਆ ਭਰਿਆ ਹੋਇਆ ਸੀ ਲੋਪੋ ਹੋਰਾਂ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਜਿਹੜੇ ਹੱਕ ਦੇ ਵਿੱਚ ਪੋਸਟਾਂ ਪਾਉਂਦੇ ਹੋਏ ਨਜ਼ਰ ਆਉਂਦੇ ਸੀ ਔਰ ਇੱਕਾ ਦੁੱਕਾ ਲੋਕ ਜਿਹੜੇ ਆ ਉਹ ਕ੍ਰਿਟੀਸਾਈਜ਼ ਕਰਦੇ ਨਜ਼ਰ ਆਏ ਪਰ ਜ਼ਿਆਦਾਤਰ ਲੋਕ ਜਿਹੜੇ ਆ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਚਾਹੁਣ ਵਾਲੇ ਸੀ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਲੋਪੋ ਦੇ ਨਾਲ ਧੱਕਾ ਹੋਇਆ ਕਿਉਂਕਿ ਪਿਛਲੇ ਦਿਨੀ ਸੁਖਜਿੰਦਰ ਲੋਪੋ ਨੇ ਜਿਸ ਤਰੀਕੇ ਦੇ ਨਾਲ ਇੱਕ ਵੀਡੀਓ ਪੋਸਟ ਕੀਤਾ ਔਰ ਉਸ ਤੋਂ ਬਾਅਦ ਕੁਝ ਇੱਕ ਚੀਜ਼ਾਂ ਜਿਹੜੀਆਂ ਘੋੜਿਆਂ ਵਾਲਿਆਂ ਨੂੰ ਚੰਗੀਆਂ ਨਹੀਂ ਲੱਗੀਆਂ ਕਹਿੰਦੇ ਕਿ ਘੋੜਿਆਂ ਵਾਲਿਆਂ ਨੇ ਇਤਰਾਜ਼ ਜਤਾਇਆ ਔਰ ਉਸ ਤੋਂ ਬਾਅਦ ਫਿਰ ਘੋੜਿਆਂ ਵਾਲਿਆਂ ਨੇ ਕੱਟ ਕਰਕੇ ਸੁਖਜਿੰਦਰ ਲੋਪੋ ਤੋਂ ਮਾਫੀ ਮੰਗਾਈ ਜਾਂਦੀ ਹੈ ਪਰ ਉਸ ਤੋਂ ਬਾਅਦ ਫਿਰ ਉਹ ਵੀਡੀਓ ਬਹੁਤ ਵਾਇਰਲ ਹੋਇਆ ਔਰ ਘੋੜਿਆਂ ਵਾਲਿਆਂ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਗਿਆ ਔਰ ਉਸ ਤੋਂ ਬਾਅਦ ਫਿਰ ਹੁਣ ਸੁਖਜਿੰਦਰ ਸਿੰਘ ਲੋਪੋ ਫਿਰ ਚਰਚਾ ਦੇ ਵਿੱਚ ਆ ਜਾਂਦਾ ਸੁਖਜਿੰਦਰ ਸਿੰਘ ਲੋਪੋ ਦੇ ਖਿਲਾਫ਼ ਕਿਉਂਕਿ ਪਰਚਾ ਦਰਜ ਹੋ ਗਿਆ ਸੀ ਔਰ ਕਿਉਂਕਿ ਅਰਸ਼ ਡੱਲਾ ਨਾਂ ਦਾ ਇੱਕ ਗੈਂਗਸਟਰ ਜਿਸ ਨੇ ਪੋਸਟ ਜਿਹੜੀ ਆ ਉਹ ਪਾ ਦਿੱਤੀ ਸੀ ਔਰ ਉਸ ਤੋਂ ਬਾਅਦ ਲੋਪੋ ਹੋਣਾ ਦੀ ਗ੍ਰਿਫਤਾਰੀ ਹੋਈ ਸੀ ਤਾਂ ਲੋਪੋ ਹੋਣਾ ਦੀ ਹੁਣ ਰਿਹਾਈ ਹੋ ਗਈ ਹੈ ਗੋਰਾ ਕੌਂਕੇ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਆ ਗੋਰਾ ਕੌਂਕੇ ਸੁਖਜਿੰਦਰ ਲੋਪੋ ਹੋਰਾਂ ਦੇ ਸਾਥੀ ਵੀ ਨੇ ਔਰ ਗੋਰੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਸੁਖਜਿੰਦਰ ਲੋਪੋ ਹੋਰਾਂ ਦੇ ਨਾਲ ਹੀ ਹੋ ਤੁਸੀਂ ਸੁਖਜਿੰਦਰ ਲੋਪੋ ਹੋਰਾਂ ਦੀ ਰਿਹਾਈ ਹੋ ਗਈ ਹੈ ਹਾਂਜੀ ਵੀਰੇ ਰਿਹਾਈ ਹੋ ਗਈ ਆ ਉਹਨਾਂ ਨੂੰ ਪਾਈ ਜਦੋਂ ਬੜੀ ਕਰਿਆ ਉਹਨਾਂ ਨੇ ਤੇ ਜਿਹੜੀ ਐਫ ਆਈ ਲਾਂਚ ਹੋਈ ਸੀਗੀ ਉਹਦੇ ਚੋਂ ਇਨਵੈਸਟੀਗੇਸ਼ਨ ਚੋਂ ਬਾਹਰ ਕਰਤਾ ਵੀ ਹਾਂ ਇਨਵੈਸਟੀਗੇਸ਼ਨ ਕੀਤਾ ਔਰ ਉਸ ਤੋਂ ਬਾਅਦ ਫਿਰ ਲੋਪੋ ਹੋਰਾਂ ਦਾ ਨਾਂ ਕੱਢ ਦਿੱਤਾ ਗਿਆ ਹਾਂਜੀ ਹੁਣ ਰਿਹਾਈ ਕਦੋਂ ਹੋਈ ਆ ਹੁਣੇ ਜਸਟ ਵੀਰੇ ਹਜੇ ਉਹ ਜਿਹੜੀ ਉਹਨਾਂ ਦੇ ਫੋਨ ਵਗੈਰਾ ਭਰ ਰਹੇ ਆ ਬਸ ਉੱਥੋਂ ਜਾਣ ਦੀ ਤਿਆਰੀ ਠੀਕ ਹੈ ਜੇ ਨਾਲ ਹੈਗੇ ਤਾਂ ਕੋਸ਼ਿਸ਼ ਹੋ ਸਕਦੀ ਗੱਲਬਾਤ ਹੋ ਜਾਵੇ ਉਹਨਾਂ ਨਾਲ ਹਮਾਇਤ ਵੱਡੀ ਮਿਲ ਰਹੀ ਸੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਔਰ ਅੱਜ ਹੁਣ ਕੋਰਟ ਨੇ ਵੀ ਬਾਇਜ਼ਤ ਬਰੀ ਕਰਤਾ ਜਿਸ ਤਰੀਕੇ ਨਾਲ ਉਹਨਾਂ ਨੂੰ ਕੇਸ ਦੇ ਵਿੱਚ ਬਾਹਰ ਕਰਤਾ ਚਲੋ ਹਰ ਕਿਸੇ ਨੂੰ ਆਪਣੇ ਯਾਰ ਦੋਸਤ ਪਿਆਰੇ ਲੱਗਦੇ ਹੁੰਦੇ ਆ ਨਾ ਪਰ ਜਿਵੇਂ ਦਾ ਸੁਖਜਿੰਦਰ ਆ ਜਿਹੜੀ ਆਪਣੀ ਆਡੀਅੰਸ ਆ ਉਹ ਸਾਰਿਆਂ ਦਾ ਪਿਆਰ ਵਿਸ਼ਵਾਸ ਉਹਨੇ ਕਿਵੇਂ ਬਣਾਇਆ ਕਿਉਂਕਿ ਉਹ ਸੱਚਾ ਦਿਲ ਦਾ ਸੱਚਾ ਇਨਸਾਨ ਆ ਉਹ ਬੜਬੋਲਾ ਪਰ ਦਿਲ ਦਾ ਸੱਚਾ ਇਨਸਾਨ ਆ ਗਰੀਬ ਗੁਰਬੇ ਦੀ ਹਨਾ ਇਹ ਚੀਜ਼ਾਂ ਕਰਕੇ ਸਾਨੂੰ ਮਾਣ ਸੀ ਆਪਦੇ ਭਰਾ ਤੇ ਤੇ ਸਾਨੂੰ ਇਨਸਾਫ਼ ਵੀ ਮਿਲਿਆ ਅਸੀਂ ਜਿਹੜੇ ਪ੍ਰਸ਼ਾਸਨ ਦਾ ਸਭ ਦਾ ਧੰਨਵਾਦ ਕਰਦੇ ਹਾਂ ਤੇ ਸਾਨੂੰ ਸਹਿਯੋਗ ਦਿੱਤਾ ਤੇ ਅਸੀਂ ਉਹਨਾਂ ਨੂੰ ਸਹਿਯੋਗ ਦਿੱਤਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਧੰਨਵਾਦ
ਤਾਂ ਸੁਖਜਿੰਦਰ ਸਿੰਘ ਲੋਪੋ ਹੋਰਾਂ ਦੀ ਰਿਹਾਈ ਹੋ ਗਈ ਹੈ ਅਹਿਮ ਖਬਰ ਜਿਹੜੀ ਹੈ ਇਸ ਵੇਲੇ ਦੀ ਕਿਉਂਕਿ ਸੋਸ਼ਲ ਮੀਡੀਆ ਬਹੁਤ ਭਰਿਆ ਹੋਇਆ ਸੀ ਸੁਖਜਿੰਦਰ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਲਗਾਤਾਰ ਇਸ ਚੀਜ਼ ਨੂੰ ਲੈ ਕੇ ਫਿਕਰ ਜ਼ਾਹਰ ਵੀ ਕਰ ਰਹੇ ਸੀ ਔਰ ਉੱਥੇ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਸੁਖਜਿੰਦਰ